ਕਿਸਾਨ ਅੰਦੋਲਨ ਦੀ ਹਮਾਇਤ ਅਤੇ ਵਿਰੋਧ ਵਿੱਚ ਆਸਟ੍ਰੇਲੀਆ ਦੀਆਂ ਸੜਕਾਂ 'ਤੇ ਹੁੰਦੀ ਲਾਮਬੰਦੀ ਦਰਮਿਆਨ ਲੰਗੀ 28 ਫਰਵਰੀ ਨੂੰ ਹੈਰਿਸ ਪਾਰਕ ਪੱਛਮੀ ਸਿਡਨੀ ਵਿੱਚ ਜੋ ਵਾਪਰਿਆ ਉਸਨੇ ਵੱਡੇ ਸਵਾਲ ਖੜੇ ਕਰ ਦਿੱਤੇ ਸਨ ਜਦੋਂ ਸੜਕਾਂ 'ਤੇ ਲੱਕੜ ਦੇ ਬੈਟਾਂ ਅਤੇ ਹਥੌੜਿਆਂ ਨਾਲ लैस ਹਮਲਾਵਰਾਂ ਨੇ ਪੰਜ ਸਿੱਖ ਵਿਦਿਆਰਥੀਆਂ 'ਤੇ ਹਮਲਾ ਕੀਤਾ ਸੀ ਜੋ ਰਾਤ ਦੇ ਖਾਣੇ ਤੋਂ ਬਾਅਦ ਘਰ ਪਰਤ ਰਹੇ ਸਨ ਉਹ ਜ਼ਖਮੀ ਹੋ ਗਏ ਹਾਲਾਂਕਿ ਉਨ੍ਹਾਂ ਦੀ ਕਾਰ ਨੂੰ ਭਾਰੀ ਨੁਕਸਾਨ ਹੋਇਆ ਇਹ ਹਮਲਾ ਭਾਰਤ ਵਿੱਚ جاری ਕਿਸਾਨ ਅੰਦੋਲਨ ਦੀ ਹਮਾਇਤ ਦਾ ਨਤੀਜਾ ਸੀ ਜੋ ਹਮਲਾ ਕਰਨ ਵਾਲੀ ਕੱਟੜ ਸੋਚ ਨੂੰ ਪਰਨਾਈ ਇਸ ਧਿਰ ਨੂੰ ਮਨਜ਼ੂਰ ਨਹੀਂ ਸੀ ਪੀੜਤਾ ਵਿੱਚੋਂ ਇੱਕ ਨੇ ਦੱਸਿਆ ਕਿ ਉਹ ਮੰਨਦਾ ਹੈ ਕਿ ਸਮੂਹ ਉਹਨਾਂ ਦੀਆਂ ਪੱਗਾਂ ਤੇ ਦਾੜੀ ਕਾਰਨ ਸਿੱਖ ਧਰਮ ਨਾਲ ਸੰਬੰਧਿਤ ਹੋਣ ਕਰਕੇ ਹਮਲਾ ਕਰ ਗਏ ਜਿਸ ਦੇ ਸਿੱਟੇ ਵੱਜੋਂ ਉਹਨਾਂ ਨੂੰ ਸਪੱਸ਼ਟ ਤੌਰ ਤੇ ਪਛਾਣਿਆ ਜਾ ਸਕਦਾ ਹੈ ਉਸਨੇ ਕਿਹਾ ਕਿ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਕਾਂ ਨੇ ਨਿਸ਼ਾਨਾ ਬਣਾਇਆ ਸੀ ਜਿਵੇਂ ਕਿ ਸੰਯੁਕਤ ਰਾਜ ਅਮਰੀਕਾ ਦੇ ਵਿਸ਼ਵ ਵਿਆਪੀ ਦੇਸ਼ਾਂ ਵਿੱਚ ਇੱਕ ਪੈਟਰਨ ਤੋਂ ਬਾਅਦ ਇਸ ਘਟਨਾ ਨੇ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਵਿੱਚ ਵਧ ਰਹੇ ਤਣਾਅ ਦੇ ਮਸਲੇ ਨੂੰ ਉਭਾਰਿਆ ਹੈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸਥਿਤੀ ਦੇ ਪਿੱਛੇ ਇੱਕ ਕਾਰਨ ਇਹ ਹੈ ਕਿ ਪੂਰੀ ਦੁਨੀਆ ਦੇ ਹਿੰਦੂ ਰਾਸ਼ਟਰਵਾਦੀ ਹਿੰਦੂ ਬਹੁਗਿਣਤੀ ਦੀ ਭਾਰਤ ਵਿੱਚ ਮੌਜੂਦਾ ਸਥਿਤੀ ਦੇ ਹਾਲਾਤਾਂ ਵਿੱਚ ਇਸ ਤਰ੍ਹਾਂ ਦੀ ਭਾਵਨਾਵਾਂ ਨਾਲ ਗ੍ਰਸਤ ਹਨ ਇੱਕ ਹੋਰ ਉਹਨਾਂ ਦਾ ਕਹਿਣਾ ਹੈ ਕਿ ਨਵੀਂ ਦਿੱਲੀ ਤੋਂ ਬਾਹਰ ਬਹੁਤ ਸਾਰੇ ਸਿੱਖ ਕਿਸਾਨਾਂ ਦੁਆਰਾ ਮੋਦੀ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿਨ੍ਹਾਂ ਤੇ ਇਲਜ਼ਾਮ ਆਮ ਹੀ ਲਗਾਇਆ ਗਿਆ ਹੈ ਕਿ ਉਹ ਖਾਲਸਾ ਹਨ ਕਦੇ ਅਤਵਾਦੀ ਘਰਾੜ ਦਿੱਤੇ ਗਏ ਅਤੇ ਕਦੇ ਵੱਖਵਾਦੀ ਐਲਾਨੇ ਜਾਂਦੇ ਹਨ ਸਿਡਨੀ ਹਮਲੇ ਦੇ ਪੀੜਤਾਂ ਨੇ ਆਪਣੀ ਸੁਰੱਖਿਆ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਬੋਲਦੇ ਹੋਏ ਕਿਹਾ ਕਿ ਕੁਝ ਸਿੱਖ ਵਿਦਿਆਰਥੀਆਂ ਨੂੰ ਪਬਲਿਕ ਫੋਨ ਬੋਥਾਂ ਤੋਂ ਕਾਲ ਆਈਆਂ ਹਨ ਉਹਨਾਂ ਨੇ ਕਿਹਾ ਕਿ ਜੇ ਹਮਲੇ ਜਾਰੀ ਰਹਿਣ ਤਾਂ ਭਾਰਤ ਪਰ ਸਕਦੇ ਹਨ ਸਥਿਤੀ ਡਰਾਉਣੀ ਹੈ ਸਿਡਨੀ ਤੋਂ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਆਗੂਆਂ ਨੇ ਸਾਊਥ ਵੇਲਜ਼ ਪੁਲਿਸ ਦੇ ਕਮਿਸ਼ਨਰ ਪੀਟਰ ਥਰਟਲ ਨਾਲ ਵੀ ਮਿਲ ਕੇ ਕਿਸਾਨਾ ਦੇ ਵਿਰੋਧ ਪ੍ਰਦਰਸ਼ਨ ਨਾਲ ਜੁੜੇ ਤਣਾਅ ਬਾਰੇ ਗੱਲ ਰਹੀਆਂ ਤਾਂਵਾਂ ਬਾਰੇ ਗੱਲਬਾਤ ਕੀਤੀ ਹੈ ਪੁਲਿਸ 28 ਫਰਵਰੀ ਨੂੰ ਹੋਏ ਹਮਲੇ ਦੀ ਆਪਣੀ ਜਾਂਚ ਜਾਰੀ ਰੱਖ ਰਹੀ ਹੈ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਕਿਹਾ ਕਿ ਸਿੱਖਾਂ ਦੇ ਭਾਰਤ ਵਿੱਚ ਵਿਰੋਧ ਕਰਕੇ ਕਿਸਾਨਾਂ ਦੀ ਹਮਾਇਤ ਕਰਨ ਤੋਂ ਬਾਅਦ ਵੰਡੀਆਂ ਹੋਰ ਵਿਸ਼ਾਲ ਹੋ ਗਈਆਂ ਹਨ ਆਸਟ੍ਰੇਲੀਆ ਦੇ ਸੋਸ਼ਲ ਮੀਡੀਆ ਤੇ ਪ੍ਰਦਰਸ਼ਨਾਂ ਦਾ ਸਮਰਥਨ ਕਰਨ ਵਾਲਿਆਂ ਤੇ ਕਥਿਤ ਤੌਰ ਤੇ ਮੋਦੀ ਸਮਰਥਕਾਂ ਨੇ ਖਾਲਸਤਾਨੀ ਅੱਤਵਾਦੀ ਹੋਣ ਦਾ ਲੇਬਲ ਲਗਾਇਆ ਹੈ ਇਸ ਮਹੀਨੇ ਦੇ ਆਰੰਭ ਵਿੱਚ ਆਸਟ੍ਰੇਲੀਆ ਦੇ ਸੈਨੇਟਰ ਡੇਵਿਡ ਰੈਸ਼ੋ ਬ੍ਰਿਜ ਨੇ ਸਿੱਖ ਵਿਦਿਆਰਥੀਆਂ ਤੇ ਹਮਲੇ ਦੀ ਚਰਚਾ ਕਰਦਿਆਂ ਨਿਊ ਸਾਊਥ ਇਸ ਦੀ ਰਾਜ ਅਸੈਂਬਲੀ ਨੂੰ ਦੱਸਿਆ ਕਿ ਹਮਲਾਵਰ ਸੱਜੇ ਪੱਖੀ ਕੱਟੜਪੰਥੀ ਰਾਜਨੀਤੀ ਪਸ਼ੋਕੜ ਵਾਲੇ ਸਨ ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਵਿਸ਼ਵ Hindu ਪਰਿਸ਼ਦ ਅਤੇ ਰਾਸ਼ਟਰੀ ਸਵੈਨਸੇਵਕ ਸੰਗ ਨਾਲ ਜੁੜੀ ਇੱਕ ਸੱਜੇ ਪੱਖੀ Hindu ਰਾਸ਼ਟਰਵਾਦੀ ਸਮੂਹ ਜੋ ਮੋਦੀ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਵਿਚਾਰਧਾਰਕ ਸਲਾਹਕਾਰ ਹਨ ਨੂੰ ਪਬਲਿਕ ਸਕੂਲਾਂ ਵਿੱਚ ਧਾਰਮਿਕ ਵਿਦਿਆ ਦੀ ਇਜਾਜ਼ਤ ਕਿਉਂ ਦਿੱਤੀ ਗਈ ਹਾਰੂਨ ਕਾਸਿਮ ਮਨੁੱਖਤਾਵਾਦ ਪ੍ਰੋਜੈਕਟ ਦੇ ਸਹਿਬਾਨੀ ਆਸਟ੍ਰੇਲੀਆ ਵਿੱਚ ਇੱਕ ਭਾਰਤੀ ਪ੍ਰਵਾਸੀ ਸੰਗਠਨ ਜੋ ਬਹੁਲਵਾਦ ਦੀ ਵਕਾਲਤ ਕਰਦਾ ਹੈ ਨੇ ਕਿ ਕਿ ਦੁਨੀਆ ਭਰ ਚ ਪਹਿਲੇ ਮੋਦੀ ਸਮਰਥਕਾਂ ਰਾਹੀਂ ਦੂਜੇ ਦੇਸ਼ਾਂ ਵਿੱਚ ਆਪਣੀ ਨਫ਼ਰਤ ਦਾ ਨਿਰਮਾਣ ਕਰ ਰਿਹਾ ਹੈ ਜਿਸ ਨਾਲ ਭਾਰਤ ਦਾ ਅਕਸ ਖਰਾਬ ਹੁੰਦਾ ਹੈ ਮੁ슬ਮਾਨਾਂ ਨੂੰ ਸੋਸ਼ਲ ਮੀਡੀਆ ਤੇ ਕੋਵਿਡ-19 ਮਹਾਮਾਰੀ ਦੀ ਸਿਖਰ ਤੇ ਲਜਾਨ ਲਈ ਨਿਸ਼ਾਨਾ ਬਣਾਇਆ ਗਿਆ ਬਕਾਇਦਾ ਮੁਹਿੰਮਾਂ ਚਲਾਈਆਂ ਗਈਆਂ ਉਹਨਾਂ ਨੇ ਕਿਹਾ ਕਿ ਹੁਣ ਨਫ਼ਰਤ ਦਾ ਇਹੋ ਜਿਹਾ ਤਰੀਕਾ ਆਸਟ੍ਰੇਲੀਆ ਵਿੱਚ ਸਿੱਖਿਆ ਵਿਰੁੱਧ ਵੀ ਵੇਖਿਆ ਜਾ ਰਿਹਾ ਹੈ ਅਝਈਆਂ ਹੋਰ ਵੀ ਕਈ ਕਤਨਾਮਾ ਵਾਪਰੀਆਂ ਹਨ ਟਿਕਟੌਕ ਉੱਤੇ ਫੁਟੇਜ ਵਿੱਚ ਸਿਡਨੀ ਵਿੱਚ ਇੱਕ ਆਦਮੀ ਨੂੰ ਕੁੱਟਣ ਲਈ ਲੋਹੇ ਦੀਆਂ ਰੌੜਾਂ ਸਮੇਤ ਪਿੱਛਾ ਕਰਨ ਅਤੇ ਕੁੱਟਮਾ ਕਰਦਿਆਂ ਵਿਖਾਇਆ ਗਿਆ ਇੱਕ ਮੈਲਬੌਰਨ ਰੀਅਲ ਅਸਟੇਅਰ ਏਜੰਸੀ ਦੇ ਡਾਇਰੈਕਟਰ ਗੁਰਵਿੰਦਰ ਸਿੰਘ ạtਵਾਲ ਨੇ ਕਿਹਾ ਕਿ ਜਦੋਂ ਤੋਂ ਅਸੀਂ ਦਸੰਬਰ ਵਿੱਚ ਅਮਜਹਾਰਾਕਾਰੀ ਭਾਰਤੀ ਕਿਸਾਨਾਂ ਦਾ ਸਮਰਥਨ ਕਰਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਹੀ ਹਿੰਦੂਆਂ ਦੇ ਇੱਕ ਹਿੱਸੇ ਨੇ ਫੇਸਬੁੱਕ ਉੱਤੇ ਆਸਟ੍ਰੇਲੀਆ ਵਿੱਚ ਸਿੱਖ ਕਾਰੋਬਾਰੀਆਂ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ ਆਸਟ੍ਰੇਲੀਆ ਦੀ ਮਰਦਮ ਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਸਾਲ 2016 ਵਿੱਚ ਦੇਸ਼ ਵਿੱਚ ਭਾਰਤੀ ਮੂਲ ਦੇ 619164 ਆਸਟ੍ਰੇਲੀਆਈ ਸਨ ਜਿਨ੍ਹਾਂ ਵਿੱਚੋਂ ਭਾਰਤ ਵਿੱਚ ਪੈਦਾ ਹੋਏ ਲੋਕਾਂ ਵਿੱਚ 49% 3% ਹਿੰਦੂ ਧਰਮ ਨਾਲ ਸੰਬੰਧਿਤ ਹਨ ਜਦ ਕਿ 20.5% ਸਿੱਖ ਧਰਮ ਦੇ ਪੈਰੋਕਾਰ ਸਨ ਨਿਊ ਸਾਊਥ ਵੇਲਜ਼ ਦੇ ਵਲਗਲੂਗਾ ਵਿੱਚ ਸਿੱਖ ਭਾਈਚਾਰਾ ਆਸਟ੍ਰੇਲੀਆ ਵਿੱਚ ਸਭ ਤੋਂ ਵੱਡੇ ਭਾਰਤੀ ਭਾਈਚਾਰੇ ਵਿੱਚੋਂ ਇੱਕ ਹੈ ਸਿੱਖ ਭਾਰਤ ਦੇ ਪੰਜਾਬ ਰਾਜ ਵਿੱਚੋਂ ਇੱਥੇ ਮਜ਼ਦੂਰਾਂ ਦੇ ਤੌਰ ਤੇ ਆਏ ਸਨ ਜਦੋਂ ਬ੍ਰਿਟਿਸ਼ ਦੁਆਰਾ ਗੰਨੇ ਦੀ ਬਜਾਈ ਵਿੱਚ ਕੰਮ ਕਰਨ ਲਈ ਉਹਨਾਂ ਨੂੰ ਲਿਆਂਦਾ ਗਿਆ ਸੀ ਇਹ ਮਾਮਲਾ 19ਵੀਂ ਸਦੀ ਦਾ ਹੈ ਮੈਲਬੌਰਨ ਦੀ ਏਸ਼ੀਆ ਇੰਸਟੀਚਿਊਟ ਵਿਖੇ ਭਾਰਤੀ ਪ੍ਰਵਾਸੀ ਅਤੇ ਮਾਈਗ੍ਰੇਸ਼ਨ ਦੇ ਖੋਜਕਰਤਾ ਸੁਰਜੀਤ ਡੋਗਰਾ ਤੰਜੀ ਨੇ ਕਿਹਾ ਕਿ 19ਵੀਂ ਅਤੇ 20ਵੀਂ ਸਦੀ ਵਿੱਚ ਆਸਟ੍ਰੇਲੀਆ ਪਹੁੰਚੇ ਸਿੱਖ ਹਿੰਦੂਆਂ ਤੇ ਮੁਸਲਮਾਨਾਂ ਸਮੇਤ ਪ੍ਰਵਾਸੀ ਭਾਰਤੀਆਂ ਨੇ ਹੌਕਰਾਂ ਲਾਸਕਰਾਂ ਘਰੇਲੂ ਮਜ਼ਦੂਰਾਂ ਤੌਰ ਤੇ ਕੰਮ ਕੀਤਾ ਖੇਤੀਬਾੜੀ ਮਜ਼ਦੂਰ ਅਤੇ ਸਾਂਝੇ ਤੌਰ ਤੇ ਹਿੰਦੂ ਵੱਜੋਂ ਵਰਨਿਤ ਕੀਤੇ ਗਏ ਸਨ ਉਹਨਾਂ ਨੇ ਕਿਹਾ ਕਿ ਭਾਰਤੀ ਪ੍ਰਵਾਸੀਆਂ ਦੀ ਅਗਲੀ ਲਹਿਰ 1970 ਦੇ ਦਹਾਕੇ ਵਿੱਚ ਵਾਈਟ ਆਸਟ੍ਰੇਲੀਆ ਨੀਤੀ ਦੇ ਖਤਮ ਹੋਣ ਤੋਂ ਬਾਅਦ ਆਈ ਜਿਸ ਵਿੱਚ ਮੁੱਖ ਤੌਰ ਤੇ ਡਾਕਟਰ ਅਧਿਆਪਕ ਟੈਕਨੋਕਰੇਟਸ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਉਦਮੀ ਵੀ ਸ਼ਾਮਲ ਸਨ ਜੋ ਵਜੀਫੇ ਤੇ ਵਿਦਿਆਰਥੀ ਵੱਜੋਂ ਇੱਥੇ ਪਹੁੰਚੇ ਸਨ ਉਹਨਾਂ ਕਿਹਾ ਕਿ ਭਾਰਤੀ ਪ੍ਰਵਾਸੀਆਂ ਜੋ ਦੱਖਣ ਪੂਰਬ ਏਸ਼ੀਆ ਪੂਰਬੀ ਅਫਰੀਕਾ ਬ੍ਰਿਟਨ ਅਤੇ ਸੰਯੁਕਤ ਰਾਜ ਤੋਂ ਵੀ ਪ੍ਰਵਾਸ ਕਰ ਗਏ ਸੀ ਕਈ ਦਹਾਕਿਆਂ ਤੋਂ ਆਸਟ੍ਰੇਲੀਆ ਵਿੱਚ ਇੱਕ ਸੁਰਤਾ ਨਾਲ ਤੰਜੀ ਨੇ ਕਿਹਾ ਕਿ ਸਿੱਖਾਂ ਤੇ ਹਿੰਦੂਆਂ ਵਿਚਾਲੇ ਹੋਈ ਝਗੜੇ ਨੇ ਭਾਰਤੀ ਪ੍ਰਵਾਸੀਆਂ ਦੇ ਆਸਟ੍ਰੇਲੀਆ ਵਿੱਚ ਸਮਾਜਿਕ ਇੱਕਿਤਾ ਦੇ ਸਬੰਧ ਖਰਾਬ ਕਰ ਦਿੱਤੇ ਹਨ ਆਸਟ੍ਰੇਲੀਆ ਤੋਂ ਹਿੰਦੂਆਂ ਦੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਸੰਗਠਨ ਦੇ ਵਿਮਲ ਕਾਉਂਸਲ ਨੇ ਕਿਹਾ ਕਿ ਆਸ ਸਹਿਮਤੀ ਅਤੇ ਕਠੋਰ ਆਲੋਚਕਾਂ ਨੂੰ ਪੜਕਾਉਣ ਦੀ ਮੋਦੀ ਦੀ ਨੀਤੀ ਨੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਆਪਣਾ ਰਸਤਾ ਲੱਭ ਲਿਆ ਹੈ ਕਾਉਂਸਲ ਨੇ ਕਿਹਾ ਕਿ ਸੱਜੀ ਪੱਖੀ ਕੱਟੜਪੰਥੀਆਂ ਦਰਮਿਆਨ ਹਿੰਦੂਤਵ ਦੀ ਰਾਜਨੀਤੀ ਹਿੰਦੂਵਾਦ ਦੀ ਸਥਾਪਨਾ ਦੀ ਵਿਚਾਰਤਾਰਾ ਡਾਇਸਪੋਰਾ ਨੂੰ ਧ्रुਵੀਕਰਨ ਕਰ ਰਹੀ ਹੈ ਹਾਲਾਂਕਿ ਭਾਜਪਾ ਦੇ ਅਫੀ ਇਸ ਨੇ ਸਾਲ 2014 ਵਿੱਚ ਮੋਦੀ ਦੇ ਦੌਰੇ ਦਾ ਪ੍ਰਬੰਧ ਕਰਨ ਵਿੱਚ ਮਦਦ ਕੀਤੀ ਸੀ ਦੇ ਵਿਦੇਸ਼ੀ ਵਿੰਗਾ ਆਵਰਸੀਜ਼ ਫਰੈਂਡਸ ਆਫ ਭਾਜਪਾ ਆਸਟ੍ਰੇਲੀਆ ਸਮੂਹ ਦੇ ਪ੍ਰਧਾਨ ਜੈ ਸ਼ਾਹ ਨੇ ਕਿਹਾ ਕਿ ਉਸ ਸਾਲ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੋਂ ਭਾਰਤ ਦੇ ਵਦੇਸ਼ੀ ਨੀਤੀ ਅਤੇ ਵਿਸ਼ਵਾਸ ਵਿੱਚ ਵਿਵਾਦਾ ਹੋਇਆ ਹੈ ਆਸਟ੍ਰੇਲੀਆਈ ਲਿਬਰਲ ਪਾਰਟੀ ਦੇ ਮੈਂਬਰ ਰੋਹਿਤ ਸਿੰਘ ਜੋ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਲਈ ਫੰਡ ਇਕੱਠੇ ਕਰ ਰਹੇ ਹਨ ਉਹ 2000 ਵਿੱਚ ਭਾਰਤ ਤੋਂ ਆਸਟ੍ਰੇਲੀਆ ਚਲੇ ਗਏ ਸਨ ਇੱਕ ਟੈਲੀਫੋਨ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਕਿ ਮੋਦੀ ਸਰਬੋਤਮ ਪ੍ਰਧਾਨ ਮੰਤਰੀ ਹਨ ਉਹਨਾਂ ਇਹ ਵੀ ਕਿਹਾ ਕਿ ਭਾਰਤੀ ਖੇਤੀ ਕਾਨੂੰਨਾ ਵਿਰੁੱਧ ਸਥਾਨਕ ਵਿਰੋਧ ਪ੍ਰਦਰਸ਼ਨ ਦੌਰਾਨ ਖਾਲਸਤਾਨੀ ਝੰਡੇ ਲਹਿਰਾਏ ਗਏ ਸਨ ਆਸਟ੍ਰੇਲੀਆ ਸਿੱਖ ਕਾਉਂਸਲ ਕਮਿਊਨਿਟੀ ਸੰਸਥਾ ਜਨਵਰੀ ਵਿੱਚ ਇੱਕ ਖਾਲਸਤਾਨੀ ਪੱਖੀ ਰੈਲੀ ਦਾ ਇੱਕ ਵੀਡੀਓ ਪ੍ਰਕਾਸ਼ਿਤ ਕਰਕੇ ਵਿਖਾਉਂਦੀ ਹੈ ਇਸ ਵਿੱਚ ਖਾਲਸਤਾਨ ਕੇਵਲ ਇੱਕੋ ਖਲ ਫੜਨ ਵਾਲੇ ਬੈਨਰ ਫੜੇ ਹੋਏ ਸਨ ਓਵਰ ਸੀਜ਼ ਫਰੈਂਡਸ ਬੀਜੇਪੀ ਆਸਟ੍ਰੇਲੀਆ ਦੇ ਸ਼ਾਹ ਨੇ ਕਿਹਾ ਕਿ ਮੈਲਬੌਰਨ ਵਿੱਚ ਭਾਰਤੀ ਝੰਡੇ ਨੂੰ ਸਲਾਮ ਕਰਨ ਲਈ 31 ਜਨਵਰੀ ਦੀ ਰੈਲੀ ਤੋਂ ਕੁਝ ਦਿਨ ਪਹਿਲਾਂ ਭਾਈਚਾਰੇ ਦੇ ਕੁਝ ਮੈਂਬਰਾਂ ਨੂੰ ਬਬਰ ਖਾਲਸਾ ਇੰਟਰਨੈਸ਼ਨਲ ਦੇ ਅਤਵਾਦੀ ਸਮੂਹ ਦਾ ਵਟਸਐਪ ਤੇ ਇੱਕ ਧਮਕੀ ਭਰੀ ਚਿੱਠੀ ਮਿਲੀ ਸੀ ਇਸ ਹਫਤੇ ਏਸ਼ੀਆ ਵਿੱਚ ਵੇਖੀ ਗਈ ਚਿੱਠੀ ਵਿੱਚ ਕਿਹਾ ਗਿਆ ਕਿ ਮੋਦੀ ਸਮਰਥਕ ਉਹਨਾਂ ਖਿਲਾਫ ਕਿਸੇ ਵੀ ਕਾਰਵਾਈ ਲਈ ਜ਼ਮੀਰ ਹੋਣਗੇ ਹਾਲਾਂਕਿ ਸਿੱਖ ਭਾਈਚਾਰੇ ਦੇ ਆਗੂਆਂ ਜਿਨ੍ਹਾਂ ਵਿੱਚ ਚੈਰਿਟੀ ਸੰਸਥਾਵਾਂ ਟਰਬਨਜ਼ ਫੋਰ ਆਸਟ੍ਰੇਲੀਆ ਦੇ ਅਮਰ ਸਿੰਘ ਵੀ ਸ਼ਾਮਲ ਸਨ ਦੇ ਪੱਤਰ ਦੀ ਪ੍ਰਮਾਣਿਕਤਾ ਉੱਤੇ ਸਵਾਲ ਚੁੱਕੇ ਹਨ ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਨੇ ਵੱਖਵਾਦੀ ਮਕਸਦ ਲਈ ਕਦੇ ਪੈਸਾ ਇਕੱਠਾ ਨਹੀਂ ਕੀਤਾ ਸੀ ਜੋ ਲੋਕ ਆਪਣੀਆਂ ਰੈਲੀਆਂ ਵਿੱਚ ਖਾਲਸਤਾਨੀ ਨਾਅਰੇ ਲਾਉਂਦੇ ਸਨ ਅਤੇ ਉਸ ਨੂੰ ਵੇਖ ਕੇ ਸ਼ਰਮਿੰਦਾ ਹੋਇਆ ਕਿ ਭਾਰਤੀ ਭਾਰਤੀਆਂ ਨਾਲ ਲੜ ਰਹੇ ਸਨ ਕੈਨਬਰਾ ਆਧਾਰਿਤ ਆਈਟੀ ਇੰਜੀਨੀਅਰ ਜਸਪਾਲ ਸਿੰਘ ਨੇ ਕਿਹਾ ਕਿ ਉਹ 3 ਸਾਲ ਪਹਿਲਾਂ ਇੱਕ ਧਾਰਮਿਕ ਕਟਗਣਤੀ ਦੇ ਮੈਂਬਰ ਵਜੋਂ ਆਪਣੀ ਸੁਰੱਖਿਆ ਦੇ ਡਰੋਂ ਭਾਰਤ ਛੱਡ ਕੇ ਆਸਟ੍ਰੇਲੀਆ ਦੁਬਾਰਾ ਨਫ਼ਰਤ ਕਰਦਿਆਂ ਵੇਖ ਉਹ ਘਬਰਾ ਗਏ ਹਨ ਸਿੰਘ ਨੇ ਕਿਹਾ ਕਿ ਮੈਂ ਮੋਦੀ ਸਮਰਥਕਾਂ ਦੁਆਰਾ ਦੇਸ਼ ਦੇ ਵਿਰੋਧੀ ਵਜੋਂ ਜਾਣਿਆ ਜਾਂਦਾ ਹਾਂ ਕਿਉਂਕਿ ਉਹ ਭਾਰਤੀ ਸੰਵਿਧਾਨ ਦੇ ਸਿਧਾਂਤਾਂ ਦੇ ਵਿਸ਼ਵਾਸ ਕਰਦਾ ਹਾਂ ਜੋ ਭਾਸ਼ਣ ਦੀ ਆਜ਼ਾਦੀ ਅਤੇ ਸ਼ਾਂਤੀ ਨਾਲ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦੀ ਗਰੰਟੀ ਦਿੰਦਾ ਹੈ ਜ਼ਿਕਰ ਖਾਸ ਹੈ ਕਿ ਲੰਗੀ 28 ਫਰਵਰੀ ਨੂੰ ਦਸਤਾਰ ਧਾਰੀ ਸਿੱਖ ਨੌਜਵਾਨਾਂ ਤੇ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਦੀ ਗੱਡੀ ਤੋੜ ਦਿੱਤੀ ਗਈ ਸੀ ਤੇ ਇਸ ਹਮਲੇ ਤੋਂ ਬਾਅਦ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦਰਮਿਆਨ ਪਈ ਇਸ ਵੰਡੀ ਨੇ ਸਵਾਲ ਚੁੱਕੇ ਸਨ ਤੇ ਗਲੋਬ ਐਡਵਾਈਸ ਓਵਰਸੀਡ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਾ ਦੇ ਵੀਜ਼ਾ ਐਲਓਆਰਸ ਐਸਓਪੀਸ ਵਿੱਚ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ